9th ਕਲਾਸ ਵਾਲਿਆਂ ਦਾ ਫਸਟ ਪੇਪਰ ਹੈ ਸਤੰਬਰ ਐਗਜ਼ਾਮ ਦਾ 27 ਤਰੀਕ ਨੂੰ ਠੀਕ ਹੈ ਜੀ ਕਿਸ ਦਾ ਸਾਇੰਸ ਦਾ ਤਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿਹੜੇ ਕਿਹੜੇ ਚੈਪਟਰਾਂ ਦੇ ਵਿੱਚੋਂ ਤੁਹਾਨੂੰ ਕਿੰਨੇ ਕਿੰਨੇ ਮਾਰਕਸ ਦੇ ਕੁਐਸਚਨ ਆਨਸਰ ਆਣਗੇ ਲੌਂਗ ਕੁਐਸਚਨ ਆਨਸਰ 5 ਅੰਕ ਵਾਲੇ ਕਿਹੜੇ ਚੈਪਟਰ ਦੇ ਵਿੱਚੋਂ ਆਉਣਗੇ ਠੀਕ ਹੈ ਜਿੱਤੇ ਤੁਹਾਨੂੰ ਕੁਝ ਇੰਪੋਰਟੈਂਟ ਕੁਐਸਚਨ ਆਨਸਰ ਵੀ ਦੱਸਾਂਗੇ ਠੀਕ ਹੈ ਤਾਂ ਹੁਣ ਦੋਸਤੋ ਤੁਹਾਨੂੰ ਮੈਂ ਦੱਸ ਦਿਨਾ ਕਿ ਦੇਖੋ ਇਹ ਤੁਹਾਡਾ ਬਲੂਪ੍ਰਿੰਟ ਹੈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਪੈਸ਼ਲੀ ਸਤੰਬਰ ਇਗਜ਼ਾਮ ਦੇ ਲਈ ਜਾਰੀ ਕੀਤਾ ਹੈ ਤਾਂ ਦੇਖੋ ਦੋਸਤੋ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਕਿ 80 ਨੰਬਰ ਦਾ ਇਹ ਤੁਹਾਡਾ ਪੇਪਰ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਠੀਕ ਹੈ ਤੇ ਤੁਹਾਨੂੰ 17 ਮਾਰਕਸ ਦੇ ਯਾਨੀ ਹੈਗੇ ਨੇ ਠੀਕ ਹੈ ਜੀ ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਹੈਗਾ ਪਹਿਲੇ ਚੈਪਟਰ ਦੇ ਵਿੱਚੋਂ ਸਾਡੇ ਆਲੇ-ਦੁਆਲੇ ਦੇ ਪਦਾਰਥ ਠੀਕ ਹੈ ਜੀ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕੀ ਕਹਾਂਗੇ ਤਾਂ ਦੇਖੋ ਦੋਸਤੋ ਪਹਿਲਾ ਚੈਪਟਰ ਤੁਹਾਡਾ ਕੀ ਹੈ ਇੰਗਲਿਸ਼ ਦੇ ਵਿੱਚ ਮੈਟਰ ਇਨ आवर ਸਰਾਉਂਡਿੰਗਸ ਠੀਕ ਹੈ ਜੀ ਤਾ ਸਾਡੇ ਆਲੇ ਦੁਆਲੇ ਦੇ ਪਦਾਰਥ ਤਾਂ ਆਹ ਵਾਲਾ ਜਿਹੜਾ ਤੁਹਾਡਾ ਚੈਪਟਰ ਹੈ ਇਹਦੇ ਵਿੱਚ ਦੋਸਤੋ ਤੁਹਾਨੂੰ ਇੱਕ ਅੰਕ ਵਾਲਾ ਤਾਂ ਕੋਈ ਵੀ ਨਹੀਂ ਆਏਗਾ ਦੋ ਅੰਕ ਵਾਲਾ ਇੱਕ ਪ੍ਰਸ਼ਨ ਜ਼ਰੂਰ ਆਏਗਾ ਤੇ ਤਿੰਨ ਅੰਕ ਵਾਲਾ ਕੋਈ ਵੀ ਨਹੀਂ ਆਏਗਾ ਤੇ ਪੰਜ ਅੰਕ ਵਾਲਾ ਵੀ ਨਹੀਂ ਆਏਗਾ ਠੀਕ ਹੈ ਜੀ ਤਾਂ ਦੋਸਤੋ ਕੁੱਲ ਅੰਕ ਤੁਹਾਡੇ ਕਿੰਨੇ ਹੋਗੇ 2 ਮਾਰਕਸ ਦੇ ਹੋਗੇ ਕਿਉਂਕਿ ਦੋਸਤੋ 2 ਮਾਰਕਸ ਵਾਲਾ ਇੱਕ ਕੁਐਸਚਨ ਆਏਗਾ ਤਾਂ 2 1 ਤੁਹਾਡੇ 2 ਮਾਰਕਸ ਹੋਗੇ ਤੇ ਇੱਕ ਹੋਰ ਇੰਪੋਰਟੈਂਟ ਗੱਲ ਦੋਸਤੋ ਆਹ ਜਿਹੜੇ ਤੁਹਾਡੇ ਚੈਪਟਰ ਨੇ ਜਿਵੇਂ ਕਿ ਪਹਿਲਾ ਦੂਸਰਾ ਪੰਜਵਾਂ ਅੱਠਵਾਂ ਨੌਵਾਂ ਇਹਦੇ ਵਿੱਚ ਟੋਟਲ ਦੋਸਤੋ 20 ਮਾਰਕਸ ਦੇ ਬਾਕੀ ਜਿਹੜੇ ਆ ਤੁਹਾਡੇ ਜੁਲਾਈ ਅਤੇ ਅਗਸਤ ਵਾਲੇ ਹੈਗੇ ਆ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ 60 ਮਾਰਕਸ ਦੇ ਕੁਸ਼ਨ ਆਣਗੇ ਠੀਕ ਹੈ ਤੁਹਾਨੂੰ ਸਿਲੇਬਸ ਦਾ ਤੁਹਾਨੂੰ ਪਤਾ ਹੀ ਹੋਣਾ ਕਿ ਅਪ੍ਰੈਲ ਤੋਂ ਲੈ ਕੇ 31 ਅਗਸਤ ਤੱਕ ਜਿੰਨਾ ਸਿਲੇਬਸ ਹੋਇਆ ਵਾ ਉਹਦੇ ਵਿੱਚੋਂ ਹੀ ਪੇਪਰ ਆਉਣਾ ਵਾ ਠੀਕ ਹੈ ਤਾਂ 60 ਮਾਰਕਸ ਦਾ ਦੋਸਤੋ ਅਗਰ ਤੁਸੀਂ ਇਹ ਵਾਲੇ ਜਿਹੜੇ ਚੈਪਟਰ ਨੇ ਜਿਵੇਂ ਕਿ ਤੀਸਰਾ ਛੇਵਾਂ ਸੱਤਵਾਂ ਤੇ ਦਸਵਾਂ ਆਹ ਚਾਰ ਚੈਪਟਰ ਵੀ ਵਧੀਆ ਨਾਲ ਤਿਆਰ ਕਰ ਲਏ ਨਿਓ ਤਾਂ ਤੁਹਾਡੇ 60 ਮਾਰਕਸ ਕਿਤੇ ਵੀ ਨਹੀਂ ਗਏ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੋਸਤੋ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਹਾਡਾ ਦੂਸਰਾ ਚੈ पदार्थ शुद्ध हैं ठीक है जी इस अंग्रेजी के कहेंगे अंग्रेजी वाले भी देख लो ठीक है दूसरा चैप्टर की है इज मैटर अराउंड अस प्योर ठीक है जी वाला तो यहां दूसरा चैप्टर है दूसरे चैप्टर देखिए तो एक एक मार्क्स वे क्वेश्चन नहीं आगे ठीक है जी दो मार्क्स वाला एक क्वेश्चन आएगा ठीक है तीन मार्क्स वाला दोस्तों एक आएगा उस तो बादल तो मार्क्स हो जाएंगे क्योंकि दोस्तों तीन वाला एक आ गया तो तीन नंबर दो आ गया तीन प्लस दो किन्ने 5 ਮਾਰਕਸ ਦਾ ਕੁਐਸਚਨ ਹੋ ਗਿਆ ਉਸ ਤੋਂ ਬਾਅਦ ਦੋਸਤੋ ਤੁਹਾਡਾ ਪੰਜਵਾਂ ਚੈਪਟਰ ਹੈ ਜੀਵਨ ਦੀ ਮੁੰਦਲੀ ਇਕਾਈ ਤਾਂ ਦੋਸਤੋ 1 ਮਾਰਕਸ ਵਾਲਾ ਇਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਦੇਖਣ ਨੂੰ ਮਿਲ ਜਾਏਗਾ ਤੇ 2 ਮਾਰਕਸ ਵਾਲਾ ਦੋਸਤੋ ਤੁਹਾਨੂੰ ਇੱਕ ਕੁਐਸਚਨ ਤੇ 5 ਨੰਬਰ ਵਾਲਾ ਤੇ 3 ਨੰਬਰ ਵਾਲਾ ਕੋਈ ਨਹੀਂ ਆਵੇਗਾ ਟੋਟਲ ਦੋਸਤੋ 3 ਮਾਰਕਸ ਦੇ ਹੋਗੇ ਠੀਕ ਹੈ 2 ਨੰਬਰ ਇਧਰ ਹੋ 1 ਨੰਬਰ ਇਧਰ ਹੋ ਤੇ 2 1 ਯਾਨੀ ਕਿ 3 ਮਾਰਕਸ ਦਾ ਕੁਐਸਚਨ ਹੋ ਗਿਆ ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ ਹੋ ਗਿਆ ਪੰਜਵਾਂ ਚੈਪਟਰ ਤੁਸੀਂ ਦੇਖ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਹੈਗਾ 8ਵਾਂ ਚੈਪਟਰ ਹੈਗਾ ਗਤੀ ਤੇ ਇਹਦੇ ਵਿੱਚ ਠੀਕ ਹੈ ਜੀ ਤੇ 2 ਮਾਰਕਸ ਵਾਲਾ ਨਹੀਂ ਆਏਗਾ ਤੇ ਇਹਦਾ ਸਿੱਧਾ ਆਏਗਾ ਦੋਸਤੋ 3 ਮਾਰਕਸ ਵਾਲਾ ਤੇ ਟੋਟਲ ਦੋਸਤੋ 4 ਮਾਰਕਸ ਦਾ ਆਏਗਾ ਇਸ ਚੈਪਟਰ ਦੇ ਵਿੱਚ ਉਹ ਗਤੀ ਦੇ ਵਿੱਚੋਂ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਹਾਡਾ ਨੋਵਾਂ ਚੈਪਟਰ ਹੈ ਬਲ ਅਤੇ ਗਤੀ ਦੇ ਨਿਯਮ ਇਹਦੇ ਵਿੱਚੋਂ 1 ਮਾਰਕਸ ਵਾਲਾ ਇੱਕ ਆਏਗਾ ਠੀਕ ਹੈ ਤੇ ਉਸ ਤੋਂ ਬਾਅਦ 5 ਮਾਰਕਸ ਵਾਲਾ ਵੈਰੀ ਇੰਪੋਰਟੈਂਟ ਦੋਸਤੋ 5 ਮਾਰਕਸ ਵਾਲਾ ਚੈਪਟਰ ਠੀਕ ਹੈ 5 ਮਾਰਕਸ ਵਾਲਾ ਜਿਹੜਾ ਚੈਪਟਰ ਹੈਗਾ ਤੁਹਾਡਾ ਕਿਹੜਾ ਵੈ ਉਹ ਹੋਏਗਾ ਦੋਸਤੋ ਅਬਲ ਅਤੇ ਗਤੀ ਦੇ ਨਿਯਮ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ ਇੱਕ ਕੁਐਸਚਨ 5 ਮਾਰਕਸ ਵਾਲਾ ਦੇਖਣ ਨੂੰ ਪੱਕਾ ਮਿਲੇਗਾ ਇਹ ਚੈਪਟਰ ਨੋਵਾਂਵਾਂ ਵਧੀਆ ਨਾਲ ਤਿਆਰ ਕਰ ਲਿਓ ਠੀਕ ਹੈ ਜੀ 5 ਨੰਬਰ ਵਾਲਾ ਤੁਹਾਨੂੰ ਇੱਕ ਕੁਐਸਚਨ ਇਹਦੇ ਵਿੱਚੋਂ ਪੱਕਾ ਆਏਗਾ ਠੀਕ ਹੈ 6 ਨੰਬਰ ਦਾ ਬਣ ਜਾਊਗਾ 1 ਨੰਬਰ ਦਾ ਇੱਕ ਕੁਐਸਚਨ ਵੀ ਆਊਗਾ ਠੀਕ ਹੈ ਇਹ ਹੈਗਾ ਤੁਹਾਡਾ ਆਪਣਾ ਨੋਵਾਂਵਾਂ ਚੈਪਟਰ ਤੇ ਨੋਵਾਂਵਾਂ ਚੈਪਟਰ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਾਂਗੇ ਤਾਂ ਦੋਸਤੋ ਦੇਖ ਸਕਦੇ ਹੋ ਕਿ ਫੋਰਸ ਐਂਡ ਲਾਜ਼ ਆਫ ਮੋਸ਼ਨ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ 5 ਨੰਬਰ ਦਾ ਇੱਕ ਕੁਐਸਚਨ ਦੇਖਣ ਨੂੰ ਮਿਲੇਗਾ ਵਧੀਆ ਨਾਲ ਤਿਆਰ ਕਰ ਲਿਓ ਠੀਕ ਹੈ ਜੀ ਤਾਂ ਇੱਥੇ ਹੀ ਦੋਸਤੋ ਇਹ ਤੁਹਾਡਾ ਜਿਹੜਾ 20 ਮਾਰਕਸ ਦਾ ਪੇਪਰ ਤੁਹਾਡਾ ਇੱਥੋਂ ਹੀ ਕੰਪਲੀਟ ਹੋ ਜਾਏਗਾ ਜਿਵੇਂ ਕਿ ਆ ਦੇਖੋ ਇਹਨਾਂ ਨੇ ਦੱਸਿਆ ਹੋਇਆ ਠੀਕ ਹੈ ਜੀ ਇਹ ਹੈਗਾ ਤੁਹਾਡਾ 25% ਪੇਪਰ ਇੱਥੋਂ ਤੁਹਾਡਾ ਹੋ ਜਾਏਗਾ ਬਾਕੀ ਹੁਣ ਜਿਹੜਾ 75% ਪੇਪਰ ਹੈ ਦੋਸਤੋ ਉਹ ਤੁਹਾਡਾ ਆਏਗਾ ਇਹ ਵਾਲੇ ਚੈਪਟਰਾਂ ਦੇ ਵਿੱਚੋਂ ਯਾਨਕਿ ਤੀਸਰਾ ਚੈਪਟਰ ਦੇ ਵਿੱਚੋਂ 6ਵੇਂ ਚੈਪਟਰ ਦੇ ਵਿੱਚੋਂ 7ਵੇਂ ਦੇ ਵਿੱਚੋਂ ਤੇ 10ਵੇਂ ਦੇ ਵਿੱਚੋਂ ਇਹਦੇ ਵਿੱਚ 75% ਪੇਪਰ ਤੁਹਾਨੂੰ ਆਏਗਾ ਜਿਹੜਾ ਕਿ 60 ਮਾਰਕਸ ਦਾ ਬਣੇਗਾ ਠੀਕ ਹੈ ਤਾਂ ਦੋਸਤੋ ਦੇਖ ਸਕਦੇ ਹੋ ਕਿ ਇੱਕ ਇੱਕ ਮਾਰਕਸ ਵਾਲੇ ਤੁਹਾਨੂੰ ਚੈਪਟਰ 3 ਮਾਰਕਸ ਵਾਲੇ ਇੱਕ ਕੁਐਸਚਨ ਤੇ 5 ਮਾਰਕਸ ਵਾਲਾ ਇੱਕ ਕੁਐਸਚਨ ਠੀਕ ਹੈ ਜੀ ਇਥੋਂ ਵੀ ਦੋਸਤੋ 5 ਮਾਰਕਸ ਵਾਲਾ ਆ ਰਿਹਾ ਵਾ ਯਾਨੀ ਕਿ ਤੀਸਰਾ ਚੈਪਟਰ ਜਿਹੜਾ ਹੈਗਾ ਪਰਮਾਣੂ ਅਤੇ ਅਣੂ ਠੀਕ ਹੈ ਜੀ ਇਹ ਹੈਗਾ ਦੋਸਤੋ ਤੁਹਾਡੇ 16 ਮਾਰਕਸ ਦਾ ਪ੍ਰੋਪੋਰਸ਼ਨ ਬਣੇਗਾ ਯਾਨੀ ਕਿ 16 ਮਾਰਕਸ ਦੇ ਦੋਸਤੋ ਕੁਐਸਚਨ ਆਣਗੇ ਇਸ ਚੈਪਟਰ ਦੇ ਵਿੱਚੋਂ ਵੈਰੀ ਇੰਪੋਰਟੈਂਟ ਦੋਸਤੋ ਠੀਕ ਹੈ ਤਾਂ ਇਹ ਕਿਹੜਾ ਚੈਪਟਰ ਹੈ ਤੀਸਰਾ ਚੈਪਟਰ ਹੈ ਤਾਂ ਦੋਸਤੋ ਤੀਸਰਾ ਚੈਪਟਰ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਕਿਹੜਾ ਹੈਗਾ ਐਟਮਸ ਐਂਡ ਮੋਲੀਕੂਲਸ ਇਹ ਵਾਲੇ ਚੈਪਟਰ ਦੇ ਵਿੱਚੋਂ ਦੋਸਤੋ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈਗਾ 6ਵਾਂ ਚੈਪਟਰ 1 ਮਾਰਕਸ ਵਾਲੇ ਤਿੰਨ ਕੁਐਸਚਨ ਆਣਗੇ ਦੋਸਤੋ 2 ਮਾਰਕਸ ਵਾਲੇ ਦੋ ਕੁਐਸਚਨ ਤਿੰਨ ਉਸ ਤੋਂ ਬਾਅਦ ਦੋਸਤੋ 3 ਮਾਰਕਸ ਵਾਲੇ ਦੋ ਤੇ ਇਹਦੇ ਵਿੱਚ 5 ਨੰਬਰ ਵਾਲਾ ਕੋਈ ਨਹੀਂ ਆਏਗਾ ਤਾਂ 13 ਮਾਰਕਸ ਦਾ ਇਹ ਬਣ ਜਾਏਗਾ ਤੁਹਾਡਾ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈਗਾ ਆਪਣਾ 7ਵਾਂ ਚੈਪਟਰ ਜਿਹੜਾ ਹੈਗਾ ਸੰਜੀਵਾ ਵਿੱਚ ਵਿਭਿੰਨਤਾ ਠੀਕ ਹੈ ਜੀ 7ਵਾਂ ਚੈਪਟਰ 1 ਮਾਰਕਸ ਵਾਲੇ ਦੋਸਤੋ ਤੁਹਾਨੂੰ ਤਿੰਨ ਕੁਐਸਚਨ ਦੇਖਣ ਨੂੰ ਮਿਲਣਗੇ ਤੇ 2 ਮਾਰਕਸ ਵਾਲੇ ਦੋ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ 3 ਮਾਰਕਸ ਵਾਲੇ ਤੁਹਾਨੂੰ ਦੋ ਤੇ ਟੋਟਲ ਦੋ 10ਵਾਂ ਚੈਪਟਰ ਹੈਗਾ ਦੋਸਤੋ ਗਰੂਤਾ ਤੇ ਆਕਰਸ਼ਨ ਤਾਂ ਇਹ ਦੇਖ ਸਕਦੇ ਹੋ ਦੋਸਤੋ ਇਹ ਵੀ ਇੰਪੋਰਟੈਂਟ ਹੈ ਇਹਦੇ ਵਿੱਚ ਸਭ ਤੋਂ ਜਿਆਦਾ ਮਾਰਕਸ ਆਣਗੇ ਯਾਨੀ ਕਿ 18 ਮਾਰਕਸ ਦੇ ਟੋਟਲ ਆ ਰਹੇ ਆ 1 ਮਾਰਕਸ ਵਾਲੇ 4 ਠੀਕ ਹੈ ਜੀ 2 ਮਾਰਕਸ ਵਾਲੇ ਤੁਹਾਨੂੰ 3 ਤੇ ਆਪਣਾ 3 ਮਾਰਕਸ ਵਾਲੇ ਵੀ 1 ਤੇ ਆਪਣਾ ਦੋਸਤੋ ਹੈਗਾ ਜਿਹੜਾ 5 ਮਾਰਕਸ ਵਾਲਾ ਵੀ ਤੁਹਾਨੂੰ ਇੱਕ ਕੁਐਸਚਨ ਦੇਖਣ ਨੂੰ ਮਿਲ ਜਾਏਗਾ ਟੋਟਲ 18 ਮਾਰਕਸ ਦਾ ਇਸ ਚੈਪਟਰ ਦੇ ਵਿੱਚੋਂ ਆਏਗਾ ਠੀਕ ਹੈ 10ਵਾਂ ਚੈਪਟਰ ਤਾਂ 10ਵਾਂ ਚੈਪਟਰ ਆਪਾਂ ਦੋਸਤੋ ਦੇਖ ਲਈਏ ਤਾਂ ਦੇਖ ਸਕਦੇ ਹੋ ਦੋਸਤੋ 10ਵਾਂ ਚੈਪਟਰ ਹੈਗਾ ਤੁਹਾਡਾ ਇੱਥੇ ਹਾਂਜੀ ਗ੍ਰੈਵਿਟੇਸ਼ਨ ਠੀਕ ਹੈ ਜੀ 10ਵਾਂ ਚੈਪਟਰ ਹੈਗਾ ਗ੍ਰੈਵਿਟੇਸ਼ਨ ਇਹ ਵੈਰੀ ਇੰਪੋਰਟੈਂਟ ਹੈ ਦੋਸਤੋ ਆਹ ਵਾਲਾ ਚੈਪਟਰ ਤੁਸੀਂ ਕਰਕੇ ਜਾਣਾ ਵਾ ਠੀਕ ਹੈ ਜੀ ਇੱਕ 7ਵਾਂ ਚੈਪਟਰ ਵੀ ਦੇਖ ਲਿਓ ਦੋਸਤੋ ਡਾਈਵਰਸਿਟੀ ਇਨ ਲਿਵਿੰਗ ਆਰਗਨਿਜ਼ਮ ਠੀਕ ਹੈ ਜੀ ਆਹ ਜਿਹੜੇ ਚੈਪਟਰ ਨੇ ਸੇ ਦੋਸਤੋ ਇਹ ਵੈਰੀ ਇੰਪੋਰਟੈਂਟ ਨੇ ਆਹ ਜਿਹੜੇ ਚੈਪਟਰ ਨੇ 10ਵਾਂ ਹੋ ਗਿਆ ਤੀਸਰਾ ਹੋ ਗਿਆ 6ਵਾਂ ਹੋ ਗਿਆ 7ਵਾਂ ਹੋ ਗਿਆ ਆਹ ਵੈਰੀ ਇੰਪੋਰਟੈਂਟ ਚੈਪਟਰਸ ਨੇ ਦੋਸਤੋ ਇਹਨਾਂ ਨੂੰ ਕਰ ਲਿਓ ਠੀਕ ਹੈ ਟਿਸ਼ੂਜ਼ ਚੈਪਟਰ ਹੋ ਗਿਆ ਜਿਹੜਾ ਠੀਕ ਹੈ ਜੀ ਤਾਂ ਇਹ ਤੁਹਾਡਾ ਹੋ ਗਿਆ ਇੰਗਲਿਸ਼ ਵਾਲਾ ਤਾਂ ਦੇਖ ਲਓ ਆ ਵਾਲੇ ਚੈਪਟਰ ਆਣਗੇ 8ਵਾਂ ਚੈਪਟਰ ਆਏਗਾ ਮੋਸ਼ਨ 9ਵਾਂ ਆਏਗਾ ਦੋਸਤੋ ਪਹਿਲਾ ਚੈਪਟਰ ਆਏਗਾ ਦੂਸਰਾ ਚੈਪਟਰ ਆਏਗਾ ਤੇ ਪੰਜਵਾਂ ਵੀ ਆਏਗਾ ਠੀਕ ਹੈ ਜੀ ਇਸ ਤਰ੍ਹਾਂ ਦੋਸਤੋ 10ਵਾਂ ਚੈਪਟਰ ਤੀਜਾ ਚੈਪਟਰ ਤੇ 6ਵਾਂ ਚੈਪਟਰ ਤੇ 7ਵਾਂ ਚੈਪਟਰ ਆਹ ਇੰਪੋਰਟੈਂਟ ਆਹੀ ਤੁਹਾਨੂੰ ਆਣਗੇ ਕਿਉਂ ਆਹੀ ਤੁਹਾਡੇ ਅਪ੍ਰੈਲ ਮਹੀ ਅਤੇ ਜੁਲਾਈ ਅਗਸਤ ਦੇ ਸਿਲੇਬਸ ਦੇ ਵਿੱਚ ਆਏਗਾ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਤੰਬਰ ਦੇ ਵਿੱਚ ਇਗਜ਼ਾਮ ਹੈਗੇ ਆ ਠੀਕ ਹੈ ਜੀ ਜੋ ਕਿ 7 ਅਕਤੂਬਰ ਤੋਂ ਹੋ ਰਹੇ ਹਨ ਠੀਕ ਹੈ ਦੋਸਤੋ ਆਹ ਤੁਹਾਡਾ ਬ ਪੋਣਗੇ ਠੀਕ ਹੈ ਤਾਂ ਹੁਣ ਅੱਗੇ ਦੋਸਤੋ ਤੁਹਾਨੂੰ ਕੁਝ ਇੰਪੋਰਟੈਂਟ ਕੁਐਸਚਨ ਅਨਸਰ ਜਿਹੜੇ ਹੈਗੇ ਨੇ ਤੁਹਾਡੇ 9th ਕਲਾਸ ਵਾਲਿਆਂ ਦੇ ਤਾਂ ਪਹਿਲਾ ਚੈਪਟਰ ਦੋਸਤੋ ਜਿਹੜਾ ਤੁਹਾਡੇ ਹੈਗਾ ਇਹ ਸਾਡੇ ਆਲੇ-ਦੁਆਲੇ ਦੇ ਪਦਾਰਥ ਤਾਂ ਦੇਖੋ ਪ੍ਰਸ਼ਨ 1 ਕੀ ਲਿਖਿਆ ਹੈ ਇਹਨਾਂ ਨੇ ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ ਕੁਰਸੀ ਹਵਾ ਸਨੇਹ ਗੰਧ ਕਿਰਨਾ ਬਦਾਮ ਵਿਚਾਰ ਠੰਡਾ ਠੰਡਾ ਠੀਕ ਹੈ ਜੀ ਆਪਣਾ ਪਿਆਉ ਇਤਰ ਦੀ ਗੰਧ ਤਾਂ ਦੋਸਤੋ ਇਹਦੇ ਵਿੱਚ ਹੈਗਾ ਕੁਰਸੀ ਹਵਾ ਬਦਾਮ ਠੰਡਾ ਪਿਆਉ ਠੀਕ ਹੈ ਜੀ ਤਾਂ ਦੂਸਰਾ ਪ੍ਰਸ਼ਨ ਕੀ ਹੈ ਦੋਸਤੋ ਹੇਠ ਲਿਖੇ ਪ੍ਰੇਖਣ ਦੇ ਕਾਰਨ ਦਸੋ ਗਰਮਾ-ਗਰਮ ਗਰਮਾ-ਗਰਮ ਭੋਜਨ ਦੀ ਜਿਹੜੀ ਹੈਗਾ ਮਹਿਕ ਕਈ ਮੀਟਰ ਦੂਰ ਤੋਂ ਮਹਿਕ ਜਣੀ ਹੈਗੀ ਦੋਸਤੋ ਕਈ ਮੀਟਰ ਦੂਰ ਤੋਂ ਵੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ ਕਿਉਂਕਿ ਦੋਸਤੋ ਗਰਮ ਭੋਜਨ ਦੇ ਮਹਿਕ ਦੇ ਕਣ ਵੱਧ ਤਾਪਮਨ ਹੋਣ ਕਾਰਨ ਹਵਾ ਵਿੱਚ ਵੱਧ ਪ੍ਰਸਰਨ ਕਰਦੇ ਹਨ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਤੀਸਰਾ ਪ੍ਰਸ਼ਨ ਕੀ ਹੈ সুইমিং ਪੂਲ ਵਿੱਚ ਜਿਹੜਾ ਹੈਗਾ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਦੇ ਨਾਲ ਪਦਾਰਥ ਦਾ ਕਿਹੜਾ ਗੁਣ ਹੈ ਜਿਹੜਾ ਹੈਗਾ ਪ੍ਰੇਖਤ ਹੁੰਦਾ ਹੈ ਤਾਂ ਦੋਸਤੋ ਕਿਉਂਕਿ ਪਾਣੀ ਦੇ ਕਣਾਂ ਵਿੱਚ ਖਾਲੀ ਸਥਾਨ ਹੁੰਦਾ ਹੈ ਠੀਕ ਹੈ ਜੀ ਅਤੇ ਆਪਣਾ ਹੈਗਾ ਦੋਸਤੋ ਦੁਰਭ ਕਣਾਂ ਵਿੱਚ ਜਿਹੜਾ ਹੈਗਾ ਖਿੱਚ ਬਲਾਂ ਘਟ ਹੁੰਦਾ ਹੈ ਪਦਾਰਥ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਤਾਂ ਦੋਸਤੋ ਪਦਾਰਥ ਦੇ ਕਣ ਜਿਹੜਾ ਹੈਗਾ ਨਿਰੰਤਰ ਗਤੀਸ਼ੀਲ ਹੁੰਦੇ ਹਨ ਠੀਕ ਹੈ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ਠੀਕ ਹੈ ਪੰਜਵਾਂ ਪ੍ਰਸ਼ਨ ਕੀ ਹੈ ਕਿਸੇ ਪਦਾਰਥ ਦੇ ਇਕਾਈ ਜਿਹੜਾ ਹੈਗਾ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ ਤਾਂ ਦੋਸਤੋ ਦੇਖੋ ਇਹਦਾ ਕੀ ਹੈਗਾ ਘਣਤਾ ਪੁੰਜ ਆਇਤਨ ਤਾਂ ਦੋਸਤੋ ਉਸ ਤੋਂ ਬਾਅਦ ਵੱਧੀ ਹੋਈ ਘਣਤਾ ਦੇ ਕਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ ਹਵਾ ਚਿਮਣੀ ਦੀ ਚਿਮਣੀ ਦਾ ਧੂੰਆਂ ਸ਼ਹਿਦ ਪਾਣੀ ਅੱਗੇ ਹੈਗਾ ਦੋਸਤੋ ਚਾਕ ਰੂਹ ਅਤੇ ਲੋਹਾ ਤਾਂ ਦੋਸਤੋ ਦੇਖੋ ਹਵਾ ਠੀਕ ਹੈ ਜੀ ਇਕੱਠ ਹੈ ਚਿਮਣੀ ਦਾ ਧੂੰਆਂ ਦੇ ਨਾਲੋਂ ਚਿਮਣੀ ਦਾ ਧੂੰਆਂ ਹੈ ਦੋਸਤੋ ਇਕੱਠ ਹੈ ਰੂਹ ਦੇ ਨਾਲੋਂ ਠੀਕ ਹੈ ਜੀ ਤੇ ਰੂਹ ਇਕੱਠ ਹੈ ਦੋਸਤੋ ਪਾਣੀ ਨਾਲੋਂ ਤੇ ਪਾਣੀ ਘਾਠੇ ਦੋਸਤੋ ਸ਼ਹਿਦ ਨਾਲੋਂ ਠੀਕ ਹੈ ਜੀ ਤੇ ਆਪਣਾ ਹੈਗਾ ਸ਼ਹਿਦ ਘਾਠੇ ਹੈ ਆਪਣੇ ਚੱਕ ਦੇ ਨਾਲੋਂ ਤੇ ਚਾਹ ਕੇ ਦੋਸਤੋ ਘਾਠੇ ਲੋਹਾ ਦੇ ਨਾਲੋਂ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਵਾ ਅੱਗੇ ਦੋਸਤੋ ਤੁਹਾਡਾ ਕੀ ਹੈ ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਨੀ ਉਧ ਕਰੋ ਤਾਂ ਦੋਸਤੋ ਦੇਖੋ ਠੋਸ ਦਰਵ ਗੈਸ ਤਾਂ ਦੋਸਤੋ ਦੇਖੋ ਠੋਸ ਦਾ ਆਕਾਰ ਅਤੇ ਆਇਤਨ ਨਿਸ਼ਚਿਤ ਹੁੰਦਾ ਹੈ ਦਰਵਾ ਦਾ ਦੋਸਤੋ ਆਕਾਰ ਨਿਸ਼ਚਿਤ ਨਹੀਂ ਹੁੰਦਾ ਹੈ ਪਰ ਆਇਤਨ ਨਿਸ਼ਚਿਤ ਹੁੰਦਾ ਹੈ ਠੀਕ ਹੈ ਗੈਸ ਦਾ ਆਕਾਰ ਦੋਸਤੋ ਅਤੇ ਆਇਤਨ ਨਿਸ਼ਚਿਤ ਨਹੀਂ ਹੁੰਦੇ ਹਨ ਅੱਗੇ ਦੋਸਤੋ ਦੇਖੋ ਕੀ ਲਿਖਿਆ ਕਿ ਠੋਸਾਂ ਦੇ ਕਣਾਂ ਵਿੱਚੋਂ ਖਾਲੀ ਸਥਾਨ ਸਭ ਤੋਂ ਘੱਟ ਹੁੰਦਾ ਹੈ ਤੇ ਅੱਗੇ ਦੋਸਤੋ ਦਰਵੰਦ ਦੇ ਕਣਾਂ ਵਿੱਚ ਖਾਲੀ ਸਥਾਨ ਠੋਸ ਤੋਂ ਵੱਧ ਪਰ ਗੈਸ ਤੋਂ ਘੱਟ ਹੁੰਦਾ ਹੈ ਠੀਕ ਹੈ ਜੀ ਗੈਸਾਂ ਦੇ ਕਣਾਂ ਵਿੱਚ ਖਾਲੀ ਸਥਾਨ ਸਭ ਤੋਂ ਵੱਧ ਹੁੰਦਾ ਹੈ ਅਤੇ ਦੋਸਤੋ ਠੋਸਾ ਦੇ ਕਣ ਵਿੱਚ ਖਿੱਚ ਬਲ ਸਭ ਤੋਂ ਵੱਧ ਹੁੰਦਾ ਹੈ ਦਰਵੰਦ ਦੇ ਕਣ ਵਿੱਚ ਦੋਸਤੋ ਜਿਹੜਾ ਹੈਗਾ ਖਿੱਚ ਬਲ ਠੋਸਾ ਜਿਹੜਾ ਹੈਗਾ ਠੋਸ ਤੋਂ ਘੱਟ ਪਰ ਗੈਸ ਤੋਂ ਵੱਧ ਹੁੰਦਾ ਹੈ ਗੈਸਾਂ ਦੇ ਕਣਾਂ ਵਿੱਚ ਦੋਸਤੋ ਖਿੱਚ ਬਲ ਸਭ ਤੋਂ ਘੱਟ ਹੁੰਦਾ ਹੈ ਅੱਗੇ ਦੋਸਤੋ ਹੈਗਾ ਕਿ ਠੋਸਾ ਦਾ ਜਿਹੜਾ ਹੈਗਾ ਨਾ ਪੀੜਨ ਨਹੀਂ ਹੁੰਦਾ ਹੈ ਦਰਵਾਦ ਨਾ ਪੀੜਨ ਦਾ ਨਾਮ ਅਤਰ ਹੁੰਦਾ ਹੈ ਗੈਸਾਂ ਦਾ ਨਪੀੜਨ ਦੋਸਤੋ ਸਭ ਤੋਂ ਵੱਧ ਹੁੰਦਾ ਹੈ ਇਸੇ ਤਰ੍ਹਾਂ ਦੋਸਤੋ ਤੁਹਾਡੇ ਹੋਰ ਵੀ ਕੁਐਸਚਨ ਆਨਸਰ ਬਹੁਤ ਹੀ ਸਾਰੇ ਇੰਪੋਰਟੈਂਟ ਇੰਪੋਰਟੈਂਟ ਕੁਐਸਚਨ ਆਨਸਰ ਹਨ ਠੀਕ ਹੈ ਜੀ ਜਿਹੜੇ ਹੈਗਾ 9ਵੀਂ ਸਾਇੰਸ ਦੇ ਵਿੱਚੋਂ ਪੰਜਾਬੀ ਮਾਧਿਅਮ ਦੇ ਵਿੱਚ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਅਕੋਰਡਿੰਗ ਠੀਕ ਹੈ ਜੀ ਆਹ ਜਿਹੜੇ ਤੁਹਾਡੇ ਚੈਪਟਰ ਨੇ ਅਪ੍ਰੈਲ ਅਤੇ ਮਈ ਦੇ ਸਿਲੇਬਸ ਦੇ ਵਿੱਚੋਂ ਹਨ ਇਸੇ ਤਰ੍ਹਾਂ ਦੋਸਤੋ ਤੁਹਾਡੇ ਹੋਰ ਜਿਹੜੇ ਪ੍ਰਸ਼ਨ ਉੱਤਰ ਕਾਫੀ ਸਾਰੇ ਜਿਹੜੇ ਤੁਹਾਡੇ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਹਨ ਠੀਕ ਹੈ ਜੁਲਾਈ ਤੇ ਅਗਸਤ ਦੇ ਸਿਲੇਬਸ ਦੇ ਵਿੱਚ ਵੀ ਹੈਗੇ ਹਨ ਠੀਕ ਹੈ ਜੀ ਤਾਂ ਇਸ ਦੀ ਰਿਵੀਜ਼ਨ ਦੋਸਤੋ ਤੁਹਾਨੂੰ ਅਸੀਂ ਸੈਪਰੇਟ ਇੱਕ ਵੀਡੀਓ ਦੇ ਵਿੱਚ ਕਰਾਵਾਂਗੇ ਆਹ ਤਾਂ ਤੁਹਾਨੂੰ ਮੈਂ ਥੋੜਾ ਥੋੜਾ ਦਿਖਾਇਆ ਵਾ ਇੱਕ ਸਾਡੀ ਪ੍ਰੋਪਰ ਵੀਡੀਓ ਆਊਗੀ ਉਹਦੇ ਵਿੱਚ ਦੋਸਤੋ ਤੁਹਾਨੂੰ ਸੈਪਰੇਟ ਇਹ ਸਾਰੇ ਹੀ ਚੈਪਟਰ ਜਿਹੜੇ ਹੈਗੇ ਆ ਉਹਦੀ ਰਿਵੀਜ਼ਨ ਕਰਾਵਾਂਗੇ ਹੋ ਸਕਦਾ ਦੋਸਤੋ ਉਹਦੇ ਪਾਰਟ 1 ਪਾਰਟ 2 बनानी ਪਵੇ ਕਿਉਂਕਿ ਕਾਫੀ ਜ਼ਿਆਦਾ ਪੇजेस ਨੇ ਇਸ ਨੂੰ ਪੜਾਉਣ ਦੇ ਵਿੱਚ ਟਾਈਮ ਲੱਗ ਸਕਦਾ ਹੈ ਤਾਂ ਹੋ ਸਕਦਾ ਹੈ ਕਿ ਵੀਡੀਓ ਦਾ ਪਾਰਟ 1 ਪਾਰਟ 2 ਇਸ ਤਰ੍ਹਾਂ ਦਾ ਆਏਗਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਤੁਹਾਨੂੰ ਆ ਸਾਰਾ ਸਿਲੇਬਸ ਰੀਡ ਕਰਾਵਾਂਗੇ ਠੀਕ ਹੈ ਜੀ ਜੁਲਾਈ ਅਗਸਤ ਵਾਲਾ ਸਿਲੇਬਸ ਤੇ ਅਪ੍ਰੈਲ ਮਈ ਵਾਲਾ ਸਿਲੇਬਸ ਬਾਕੀ ਦੋਸਤੋ ਤੁਸੀਂ ਆਪਣਾ ਸਾਡਾ ਟੈਲੀਗ੍ਰam ਚੈਨਲ ਇਸ ਨੂੰ ਜੁਆਇਨ ਕਰ ਲਓ ਕਰ ਕੋਈ ਵੀ ਫਰਦਰ ਅਪਡੇਟ ਜਾਂ ਜਾਣਕਾਰੀ ਤੁਹਾਡੇ ਐਗਜ਼ਾਮ ਦੇ ਬਾਰੇ ਠੀਕ ਹੈ ਜੀ ਅੰਤੇ ਤਾ ਤੁਹਾਨੂੰ ਐਸਸੀ ਇੱਥੇ ਹੀ ਅਪਡੇਟ ਦਨਿਆ ਠੀਕ ਹੈ ਜੀ ਬਾਕੀ ਹੁਣ ਜਦੋਂ ਤੁਹਾਡੇ ਪੇਪਰ ਥੋੜੇ ਜਨਿਸ ਦੇ ਨਜ਼ਦੀਕ ਆਗੇ ਤਾਂ ਇਹਦੀ ਤਿਆਰੀ ਵੀ ਤੁਹਾਨੂੰ ਸ਼ੁਰੂ ਕਰਾ ਦਾਂਗੇ ਠੀਕ ਹੈ ਜੀ ਪੇਪਰਾਂ ਤੋਂ ਹਫਤਾ ਕਾ ਪਹਿਲਾ ਠੀਕ ਹੈ ਦੋਸਤੋ ਸੈਪਰੇਟ ਵੀਡੀਓ ਆਏਗੀ ਪਾਰਟ 1 ਪਾਰਟ 2 ਕਰਕੇ ਉਹਦੇ ਵਿੱਚ ਅਸੀਂ ਤੁਹਾਨੂੰ ਇਹ ਐਕਸਪਲੇਨ ਕਰ ਦਾਂਗੇ ਵਧੀਆ ਨਾਲ ਓਕੇ ਦੋਸਤੋ ਬਾਕੀ ਸਾਡੇ ਨਾਲ ਜੁੜੇ ਰਹੋ ਇਨਸਟਾਈਲ ਦੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੈ ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ ਜੇ ਤੁਹਾਡੀ ਕੋਈ ਕੁਇਰੀ ਆ